ਆਓ ਅੱਜ ਆਪਣੇ ਬਜ਼ੁਰਗਾਂ ਦੀ ਗੱਲ ਕਰਚੇ, ਆਓ ਅੱਜ ਆਪਣੀ ਕੰਢੀ ਬੈਲਟ ਦੀ ਗੱਲ ਕਰਚੇ, ਆਓ ਅੱਜ ਆਪਣੇ ਬਜ਼ੁਰਗਾਂ ਦੇ ਬਣਾਏ ਦੇ ਇਨਕਲਾਏ ਦੀ ਗੱਲ ਕਰਚੇ, ਜਿੰਦੇ ਚ ਅੱਜ ਵੀ ਉਹਦੀ ਰੂਹ ਵਸਦੀ ਹੈ, ਜਿੰਦੇ ਚ ਅੱਜ ਵੀ ਉਹਦੀ ਯਾਦਾਂ ਵਸਦੀਆਂ ਨੇ। ਆਓ ਅੱਜ ਆਪਣੇ ਤਲਾਏ ਦੀ ਗੱਲ ਕਰਚੇ, ਅੱਜ ਉਸ ਤਲਾਏ ਚ ਸ਼ਰੋਤੇ ਦੇ ਪਾਣੀ ਦੀ ਗੱਲ ਕਰਚੇ, ਅੱਜ ਇਹਨੇ ਤਲਾਏ ਦੇ ਉੱਪਰ ਜੰਮੀ ਦੀ ਤਨੂਰੀ ਦੀ ਗੱਲ ਕਰਚੇ। ਤੇ ਤੁਹਾਡੇ ਘਰ ਆਉਣ ਵਾਲਾ ਜਿਹੜਾ ਪਰਾਹੁਣਾ, ਕੋਈ ਇਹ ਸਮਝ ਸਕਦਾ ਅਗਰ ਇਸ ਗ੍ਰਾਂ ਦਾ ਤਲਾਅ ਇੰਨਾ ਖੂਬਸੂਰਤ ਹੈ, ਇੱਥੇ ਦੇ ਲੋਕ ਕਿੰਨੇ ਖੂਬਸੂਰਤ ਹੋਣ, ਇੱਥੇ ਦੇ ਘਰ ਕਿੰਨੇ ਖੂਬਸੂਰਤ ਹੋਣ, ਇੱਥੇ ਦੇ ਮਹੱਲੇ ਕਿੰਨੇ ਖੂਬਸੂਰਤ ਹੋਣ। ਅਗਰ ਤੁਹਾਡੇ ਗ੍ਰਾਂ ਦਾ ਤਲਾਅ ਗੇ ਸ਼ੈਲ ਨਹੀਂ ਹੋਊ, ਸੁੱਕੇ ਦਾ ਹੋਊ, ਭੱਜੇ ਦਾ ਹੋਊ, ਟੁੱਟੇ ਦਾ ਹੋਊ, ਤੇ ਆਪੂ ਸਾਹਿਬ ਲਾ ਲਓ ਤੁਹਾਡੇ ਘਰ ਜਿਹੜਾ ਪਰਾਹੁਣਾ ਆਊ ਉਹ ਤੁਹਾਡੇ ਬਾਰੇ ਕੀ ਸੋਚੇ। ਨਮਸਕਾਰ ਦੋਸਤੋ, ਤੁਸੀਂ ਦਿਖਾਦੇ ਹੋ ਜੰਮੂ ਟ੍ਰਿਬਿਊਨ ਔਰ ਮੈਂ ਅਜੇ ਸਲਾਥੀਆ। ਦੋਸਤੋ ਅੱਜ ਮੈਂ ਆਪਣੇ ਕੰਢੀ ਬੈਲਟ ਦੇ ਤਲਾਏ ਦੀ ਗੱਲ ਕਰਨ ਲੱਗਾ ਔਰ ਆਪਣੇ ਇਤਿਹਾਸਿਕ ਆਪਣੇ ਮਸ਼ਹੂਰ ਤਲਾਅ ਤੁਸੀਂ ਕੀ ਆਪਣੇ ਮਾਧਿਅਮ ਕਰਨ ਦੱਸਣ ਲੱਗਾ। ਮੈਂ ਇਸ ਵੇਲੇ ਸਾਂਬੇ ਦੀ ਮੰਡੀਆਂ ਚ ਖੜੋਤੇ ਨਾ, ਇਹ ਜਿਹੜਾ ਰਸਤਾ ਜਾਂਦਾ ਇਹ ਰਸਤਾ ਅੱਗੇ ਜੀ ਹੈ ਖੈਰੀ ਮੰਡੀ ਲਾਮਾ ਮੰਡੀ ਕੀ ਨਿਕਲਦਾ ਔਰ ਅਗਰ ਅਸ ਇੱਧਰ ਪੱਕੀ ਹੋਈ ਜਾਂਦੇ ਹਾਂ ਇੱਧਰ ਸੰਘਵਾਲੀ ਮੰਡੀ ਪਾਉਂਦੀ ਹੈ ਔਰ ਉਹਦੇ ਕੰਨਾ ਗਏ ਇਹ ਜਿਹੜਾ ਖੈਰੀ ਮੰਡੀ ਦਾ ਤਲਾਅ ਔਰ ਬੜਾ ਇਤਿਹਾਸਿਕ ਤੇ ਬੜਾ ਪੁਰਾਣਾ ਤਲਾਅ ਖੈਰੀ ਮੰਡੀ ਦਾ। ਔਰ ਤੁਸੀਂ ਮੈਂ ਸੁਣਾਉਣਾ ਕਿ ਇਸ ਤਲਾਅ ਕੰਨਾ ਬੜੀ ਸਾਰੀ ਕਹਾਣੀਆਂ ਜੁੜਦੀਆਂ ਨੇ, ਬਹੁਤੀ ਸਾਰੀਆਂ ਕਹਾਣੀਆਂ ਜੁੜਦੀਆਂ ਨੇ ਇਸ ਤਲਾਏ ਨਾਲ ਵੀ। ਜਿਹੜੇ ਸਾਡੇ ਬਜ਼ੁਰਗ ਹੈ ਉਹ ਪਾਣੀ ਪੀਂਦੇ ਹੈ ਔਰ ਬੜਾ ਪੁਰਾਣਾ ਤਲਾਅ। ਮਿਗੀ ਅੱਜ ਤੱਕ ਚੇਤਾ ਹੈ ਕਿ ਨਿੱਕੇ ਹੁੰਦੇ ਹੈ ਅਸੀਂ ਇੱਥੇ ਆਉਂਦੇ ਔਰ ਸ਼ਾਇਦ ਇੱਥੇ ਇੱਕ ਬੂਟਾ ਹੁੰਦਾ ਹਾਂ ਬੜਾ ਵੱਡਾ। ਅਗਰ ਇੱਥੇ ਨੌਜਵਾਨੀ ਕੀ ਚੇਤਾ ਹੋਗ, ਇਹ ਮੈਂ ਗੱਲ ਕਰਾਂ ਨਾ ਤਕਰੀਬਨ 94-95 ਦੀ ਔਰ ਇੱਥੇ ਬੂਟਾ ਹੁੰਦਾ ਹਾਂ ਔਰ ਬੂਟੇ ਪਰ ਚੜੀ ਚੜੀ ਹੈ ਜਿਹੜੇ ਮੁੰਡੇ ਹੈ ਉਹ ਛਾਲਾਂ ਮਾਰਦੇ ਹੈ ਨਹਾਉਂਦੇ। ਲੇਕਿਨ ਅੱਜ ਮੈਂ ਦੇਖਣਾ ਜਿਹੜਾ ਤਲਾਏ ਚ ਡੰਗਾ ਬਚੀ ਦਾ ਤਲਾਅ ਪੱਕਾ ਹੀ ਇਹਦਾ, ਲੇਕਿਨ ਉਸਦੇ ਤਲਾਅ ਕੱਚੇ ਹੁੰਦੇ ਹੈ, ਅੱਜ ਤਲਾਅ ਪੱਕਾ ਹੀ ਇਹਦਾ ਔਰ ਇਸ ਤਲਾਅ ਚ ਅਜੇ ਵੀ ਪਾਣੀ ਹੈ। ਇੰਨੀ ਗਰਮੀ ਪਵਾ ਦੀ ਹੈ ਔਰ ਤੁਸੀਂ ਦੇਖਾ ਦਿਓ ਇਸ ਤਲਾਅ ਚ ਬਖਤਾ ਵੀ ਆਉਣਾ, ਵੀਡੀਓ ਦੇ ਮਾਧਿਅਮ ਕਰਨਾ ਤੁਸੀਂ ਦੇਖਾ ਦਿਓ ਬਖਤੇ ਕੀ ਦਿਖਾ ਦਿਓ, ਬਖਤਾ ਤਲਾਅ ਦੇ ਕੰਢੇ ਬੈਠ ਰਹੀਆਂ ਨੇ ਔਰ ਅੱਜ ਵੀ ਤਲਾਏ ਚ ਪਾਣੀ ਔਰ ਪਾਣੀ ਪਰ ਜਿਹੜੀ ਕਨੂਰੀ ਜੰਮੀ ਦੀ ਹੈ ਉਹ ਆਪਣੀ ਜਿਹੜੀ ਖੂਬਸੂਰਤੀ ਉਹ ਬਿਆਨ ਕਰਾ ਰਹੀ ਹੈ। ਦੋਸਤੋ ਆਪਣੇ ਮਾਧਿਅਮ ਕਨੇ ਮੈਂ ਇਹ ਬੋਲਣਾ ਚਾਹੁੰਦਾ ਕਿ ਅਸੀਂ ਅਗਰ ਆਪਣੇ ਘਰ ਸ਼ੈਲ ਬਣਾਏ ਦੇ ਨੇ, ਆਪਣੇ ਮਹੱਲੇ ਸ਼ੈਲ ਬਣਾਏ ਦੇ ਨੇ, ਆਪਣੇ ਸ਼ਹਿਰ ਸ਼ੈਲ ਬਣਾਏ ਦੇ ਨੇ, ਆਪਣੇ ਗ੍ਰਾਂ ਸ਼ੈਲ ਬਣਾਏ ਦੇ ਨੇ, ਤੇ ਚਲੋ ਹੁਣ ਅਸੀਂ ਆਪਣੇ ਤਲਾਅ ਵੀ ਸ਼ੈਲ ਬਣਾ ਚਾਹੀਏ। ਕਿਉਂਕਿ ਜਿਸ ਵੇਲੇ ਅਸੀਂ ਕਿਸੇ ਗ੍ਰਾਂ ਚ ਜਾਂਦੇ ਹਾਂ ਨਾ, ਕਿਸੇ ਵੀ ਗ੍ਰਾਂ ਚ ਜਿਸ ਵੇਲੇ ਜਾਂਦੇ ਹਾਂ ਤੇ ਜਿਹੜੇ ਪਹਿਲੇ ਦਰਸ਼ਨ ਹੁੰਦੇ ਨੇ ਉਹ ਗ੍ਰਾਂ ਦੇ ਬਾਹਰ ਪਿੰਡ ਦੇ ਤਲਾਅ ਦੇ ਹੁੰਦੇ ਨੇ। ਅਗਰ ਤੁਹਾਡਾ ਤਲਾਅ ਖੂਬਸੂਰਤ ਹੈ ਤੇ ਤੁਹਾਡੇ ਘਰ ਆਉਣ ਵਾਲਾ ਜਿਹੜਾ ਪਰਾਹੁਣਾ ਕੋਈ ਇਹ ਸਮਝ ਸਕਦਾ ਅਗਰ ਇਸ ਗ੍ਰਾਂ ਦਾ ਤਲਾਅ ਇੰਨਾ ਖੂਬਸੂਰਤ ਹੈ, ਇੱਥੇ ਦੇ ਲੋਕ ਕਿੰਨੇ ਖੂਬਸੂਰਤ ਹੋਣ, ਇੱਥੇ ਦੇ ਘਰ ਕਿੰਨੇ ਖੂਬਸੂਰਤ ਹੋਣ, ਇੱਥੇ ਦੇ ਮਹੱਲੇ ਕਿੰਨੇ ਖੂਬਸੂਰਤ ਹੋਣ। ਅਗਰ ਤੁਹਾਡੇ ਗ੍ਰਾਂ ਦਾ ਤਲਾਅ ਗੇ ਸ਼ੈਲ ਨਹੀਂ ਹੋਊ, ਸੁੱਕੇ ਦਾ ਹੋਊ, ਭੱਜੇ ਦਾ ਹੋਊ, ਟੁੱਟੇ ਦਾ ਹੋਊ, ਤੇ ਆਪੂ ਸਾਹਿਬ ਲਾ ਲਓ ਤੁਹਾਡੇ ਘਰ ਜਿਹੜਾ ਪਰਾਹੁਣਾ ਆਊ ਉਹ ਤੁਹਾਡੇ ਬਾਰੇ ਕੀ ਸੋਚੇਗਾ। ਕਿਉਂਕਿ ਇਹ ਸਾਡੇ ਬਜ਼ੁਰਗ ਨੇ, ਇਹ ਸਾਡੇ ਬਜ਼ੁਰਗੇ ਦੁਆਰਾ ਬਣਾਈ ਦੀਆਂ ਨਿਸ਼ਾਨੀਆਂ ਨੇ, ਇਹਨੇ ਬਜ਼ੁਰਗੇ ਦੀ ਜਿਹੜੀ ਦੇਖਭਾਲ ਹੈ ਅਸੀਂ ਮਿਲੀਆ ਕਰਨੇ ਪਾਉਣੀ ਹੈ, ਇਹਦੀ ਸਾਫ਼ ਸਫਾਈ ਰੱਖਣੀ ਚਾਹੀਦੀ। ਮੈਂ ਤੁਸੀਂ ਸੁਣਾਉਣਾ ਸਾਡੇ ਡਿਸਟ੍ਰਿਕਟ ਸਾਂਬਾ ਦਾ ਇੱਕ ਤਲਾਅ ਸਮੈਲਪੁਰ ਹੈ ਔਰ ਉਹ ਗ੍ਰਾਮ ਨਿਵਾਸੀ ਦੀ ਮੈਂ ਹਮੇਸ਼ਾ ਪ੍ਰਸ਼ੰਸਾ ਕਰਨਾ ਕਿਉਂਕਿ ਉਹ ਤਲਾਬ ਹਮੇਸ਼ਾ ਟੌਪ ਪਰ ਆਉਂਦਾ ਔਰ ਉਹ ਗ੍ਰਾਮ ਨਿਵਾਸੀਆਂ ਨੂੰ ਹਮੇਸ਼ਾ ਸੈਲਿਊਟ ਕਰਨਾ ਕਿਉਂਕਿ ਉੱਧਰ ਦੇ ਨੌਜਵਾਨ ਤਲਾਅ ਦੀ ਸਫਾਈਆਂ ਕਰਦੇ ਨੇ,
ਜਿਹੜੇ ਵਿੱਚ ਲਿਫਾਫੇ ਪਏ ਹੁੰਦੇ, ਗੰਦ ਪਏ ਹੁੰਦਾ, ਆਪੂ ਕੱਢ ਦੇਣਾ ਔਰ ਬੱਟੇ ਦੀ ਚਿੱਟੀਆਂ ਸਫੇਦੀਆਂ ਫੇਰ ਦੇਣਾ, ਉਸ ਤਲਾਅ ਦੀ ਜਿਹੜੀ ਖੂਬਸੂਰਤੀਆਂ ਬਣਾ ਦੇਣਾ। ਔਰ ਵਾਕਈ ਜਿਸ ਤਰ੍ਹਾਂ ਸਮੈਲਪੁਰ ਜਾਓ ਉਹ ਤਲਾਅ ਲਹਿਰਾ ਹੁੰਦਾ। ਦੋਸਤੋ ਮੈਂ ਆਪਣੇ ਮੰਡੀਆਂ ਚ ਅੱਜ ਨਿਕਲੇ ਨਾ, ਹੁਣ ਅਸ ਕਿਸੇ ਹੋਰ ਮੰਡੀ ਵਾਲੀ ਬਾਕੀ ਚੱਲਦੇ ਹਾਂ ਔਰ ਉੱਥੋਂ ਦਾ ਤਲਾਅ ਤੁਸੀਂ ਦੱਸਣੇ ਆ। ਇੱਧਰ ਦਾ ਉੱਪਰ ਮੰਡੀ ਹੈ ਥਲੋਰਾ ਮੰਡੀ, ਥਲੋਰਾ ਮੰਡੀ ਨਿਕਲਦੇ ਹਾਂ ਉਹ ਥਲੋਰਾ ਮੰਡੀ ਦਾ ਤਲਾਅ ਤੁਸੀਂ ਜੀ ਦੱਸਣਾ। ਮੈਂ ਆਪਣੇ ਮਾਧਿਅਮ ਕਰਨਾ ਤੁਸੀਂ ਜੀ ਤਲਾਅ ਦੱਸਣਾ। ਪਹਿਲੀ ਕੜੀ ਚ ਤੁਸੀਂ ਜੀ ਥਲੋਰਾ ਮੰਡੀ ਔਰ ਇਹ ਜਿਹੜੀ ਮੰਡੀ ਹੈ ਇਸ ਦਾ ਤਲਾਅ ਦੱਸਿਆ। ਫਿਰ ਮੈਂ ਤੁਸੀਂ ਜੀ ਦੂਈ ਕੜੀ ਚ ਕਿਸੇ ਹੋਰ ਗ੍ਰਾਂਚ ਲਈ ਚੱਲਗਾ, ਕਿਸੇ ਹੋਰ ਬਜ਼ੁਰਗ ਕਰਨਾ ਮਿਲਾਗਾ, ਕਿਸੇ ਹੋਰ ਤਲਾਅ ਕਰਨਾ ਮਿਲਾਗਾ, ਜਿਹੜੇ ਸਾਡੇ ਆਪਣੇ ਬਣਾਏ ਦੇ, ਸਾਡੇ ਬਜ਼ੁਰਗਾਂ ਬਣਾਏ ਦੇ, ਇਹ ਵੀ ਸਾਡੇ ਆਪਣੇ ਨੇ। ਇਹਨੇ ਕੀ ਬਰਬਾਦ ਨਹੀਂ ਹੋਣ ਦਿਓ, ਇਹਨੇ ਕੀ ਆਬਾਦ ਰੱਖੋ, ਕਿਉਂਕਿ ਇਹ ਆਬਾਦ ਰਹੋ ਤੁਹਾਡੇ ਗ੍ਰਾਂ ਆਬਾਦ ਰਹੋ। ਜੈ ਹਿੰਦ, ਜੈ ਭਾਰਤ, ਜੈ ਜੁੜੋ।